ਨਹੀਂ ਪੋਲੀਟੀਕਲ ਜੋਕ ਨਹੀਂ ਕਰਦੇ। ਅੱਛਾ ਪੰਜਾਬੀ ਜ਼ਿੰਦਾ ਹਾਊਸ ਗਿਵ ਮੀ ਅ ਚੀਅਰ। ਬਸ ਇਹੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਤੁਹਾਡੀ। ਪੰਜਾਬੀ ਇੱਕ ਐਸੀ ਕੌਮ ਹੈਗੀ ਹੈ ਜਿਹੜੀ ਖੁਸ਼ ਹੈ ਉਹਨੂੰ ਪਤਾ ਨਹੀਂ ਕਿਉਂ, ਬਸ ਖੁਸ਼ ਹੈ ਤੇ ਹੈ। ਪੰਜਾਬੀ ਇਕਲੌਤੀ ਕੌਮ ਹੈ ਜਿਹੜੀ ਚੈੱਸ ਦੀ ਗੇਮ 'ਤੇ ਰੌਲਾ ਪਾ ਸਕਦੀ ਹੈ। ਜੇ ਚੈੱਸ ਦਾ ਮੈਚ ਹੋ ਰਿਹਾ ਹੋਊਗਾ, ਚਾਰ ਪੰਜਾਬੀ ਕੋਨੇ 'ਚ ਖੜੇ ਹੋ ਕੇ ਬੀਅਰ ਹੱਥ 'ਚ ਫੜ ਕੇ ਕਹਿ ਰਹੇ ਹੋਣਗੇ, ਸਚਿਨ ਕਮ ਆਨ ਸਚਿਨ। ਕਹਿੰਦਾ ਭਾਜੀ ਇਹ ਸਚਿਨ ਨਹੀਂ ਖੇਡ ਰਿਹਾ, ਚੈੱਸ ਦਾ ਗੇਮ ਹੈ। ਕਹਿੰਦਾ ਸਾਨੂੰ ਘੰਟਾ ਫਰਕ ਪੈਂਦਾ, ਅਸੀਂ ਰੋਲਾ ਪਾਉਣਾ ਅਸੀਂ ਪਾ ਰਹੇ ਹਾਂ। ਪੰਜਾਬੀ ਬਹੁਤ ਕਿਊਟ ਕੌਮ, ਬਹੁਤ ਕਿਊਟ ਕੌਮ ਹੁੰਦੀ ਹੈ, ਬਹੁਤ ਜ਼ਿਆਦਾ। ਇੱਕ ਤਾਂ ਕੌਨਫੀਡੈਂਸ ਇੰਨਾ ਹੈ, ਸਵੈਗ ਇੰਨਾ ਹੈ। ਦਿੱਲੀ 'ਚ ਤੁਸੀਂ ਸਾਰੇ ਰਹਿੰਦੇ ਹੋ, ਗੱਡੀਆਂ ਚਲਾਉਂਦੇ ਹੋ, ਠੀਕ ਹੈ, ਤੁਸੀਂ ਦੇਖਿਆ ਹੋਣਾ ਪੰਜਾਬੀਆਂ ਦਾ ਸਵੈਗ ਇੰਨਾ ਤਕੜਾ ਹੁੰਦਾ ਦਿੱਲੀ ਵਿੱਚ ਕਿ ਤੁਹਾਡੀ ਗੱਡੀ ਨੂੰ ਪਿੱਛੋਂ ਠੋਕ ਕੇ, ਤੁਹਾਡੀ ਗੱਡੀ ਨੂੰ ਪਿੱਛੋਂ ਠੋਕ ਕੇ ਬਾਹਰ ਨਿਕਲਦਾ, ਧਿਆਨ ਨਾਲ ਵੇਖਦਾ। ਫਿਰ ਕਹਿੰਦਾ ਕੋਈ ਬਾਤ ਨਹੀਂ ਜਾ। ਰੱਬ 'ਤੇ ਯਕੀਨ ਹੈ, ਖੁਦ 'ਤੇ ਕੌਨਫੀਡੈਂਸ ਹੈਗਾ, ਠੀਕ ਹੈ। ਪਿੱਛੇ ਗੱਡੀਆਂ ਦੇ ਉਹ ਲਿਖਵਾਏ ਹੁੰਦੇ ਆ, ਬਾਬੇ ਦੀ ਫੁੱਲ ਕਿਰਪਾ ਅਤੇ ਮੇਰ ਬਾਬੇ ਦੀ ਆ, ਜੈ ਮਾਤਾ ਦੀ, ਬੜਾ ਕੁਝ ਲਿਖਵਾਇਆ ਹੁੰਦਾ। ਅਤੇ ਮੇਰਾ ਇੱਕ ਦੋਸਤ ਹੈਗਾ ਬੰਟੀ, ਉਹ ਬੜੀ ਗੰਦੀ ਗੱਡੀ ਚਲਾਉਂਦਾ ਅਤੇ ਸ਼ਰਾਬ ਵੀ ਪੀਂਦਾ। ਅਤੇ ਮੈਂ ਉਹਦੇ ਨਾਲ ਬੈਠਾ ਸੀ, ਬੰਟੀ ਗੱਡੀ ਚਲਾ ਰਿਹਾ ਸੀਗਾ। ਮੈਂ ਕਿਹਾ ਯਾਰ ਬੰਟੀ ਧਿਆਨ ਨਾਲ ਚਲਾ, ਤੂੰ ਸ਼ਰਾਬ ਪੀਤੀ ਹੋਈ ਹੈ। ਕਹਿੰਦਾ ਯਾਰ ਜਦ ਤੱਕ ਬਾਬੇ ਦਾ ਹੱਥ ਮੇਰੇ ਸਿਰ 'ਤੇ ਆਉਣਾ ਮੈਨੂੰ ਕੁਛ ਨਹੀਂ ਹੋ ਸਕਦਾ। ਮੈਂ ਕਿਹਾ ਕੰਜਰਾ, ਬਾਬੇ ਦਾ ਹੱਥ ਤੇਰੇ ਸਿਰ 'ਤੇ ਆਉਣਾ। ਹੁਣ ਆਪਾਂ ਗੱਲ ਕਰਦੇ ਹਾਂ ਸਰਦਾਰਾਂ ਦੀ, ਜਿਹੜੇ ਮਤਲਬ ਪੰਜਾਬੀਆਂ ਦਾ ਸਪੈਸ਼ਲ ਐਡੀਸ਼ਨ ਹੁੰਦੇ ਆ। ਮੈਂ ਬਚਪਨ ਤੋਂ ਸਰਦਾਰ ਹਾਂ, ਠੀਕ ਹੈ। ਮਤਲਬ ਸਾਡਾ ਨਾ ਵਿਜੂਅਲ ਰਿਲੀਜਨ ਹੈ, ਦਿਖਾਈ ਦਿੰਦਾ। 1.25 ਲੱਖ 'ਚੋਂ ਇੱਕ ਨਜ਼ਰ ਆ ਜਾਂਦਾ ਸਰਦਾਰ ਵੱਖਰਾ, ਹੈ ਨਾ ਜੀ। ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ, ਮਤਲਬ ਜਿਵੇਂ ਰੋਇਡਸ ਹੋ ਰਿਹਾ ਹੈ, ਐਂਡ ਦੇ ਆਰ ਕਿਲਿੰਗ ਸਰਦਾਰਸ, ਆਈ ਡਾਈ ਫੋਰ ਸ਼ੋਰ। ਆਈ ਕੈਨ ਨੋਟ ਗੈਟ ਅਵੇ ਬਾਈ ਸੇਇੰਗ ਕਿ ਮੈਂ ਉਹ ਸ਼ਰਮਾ ਜੀ ਦਾ ਬੇਟਾ ਹਾਂ। ਕੋਈ ਮੰਨੇਗਾ ਨਹੀਂ, ਪਹਿਲੇ ਤਾਂ ਸ਼ਰਮਾ ਜੀ ਨਹੀਂ ਮੰਨਣਗੇ। ਬਟ ਇਟਸ ਅ ਰਿਡੀਕੁਲਸ ਥਿੰਗ। ਮੈਂ ਬਚਪਨ ਤੋਂ ਸਰਦਾਰ ਹਾਂ ਅਤੇ ਰੇਸਿਜ਼ਮ ਸਾਡੇ ਦੇਸ਼ 'ਚ ਭਰਿਆ ਹੋਇਆ, ਅਤੇ ਕਿਉਂਕਿ ਸਰਦਾਰ ਨਜ਼ਰ ਆਉਂਦੇ ਅਤੇ ਉਹਨਾਂ ਦਾ ਰੇਸਿਜ਼ਮ ਬੜਾ ਡਾਇਰੈਕਟ ਹੁੰਦਾ। ਆਈ ਹੈਵ ਬਿਨ ਗ੍ਰੀਟਿਡ ਬਾਏ ਸਟ੍ਰੇਂਜਰ ਔਨ ਦਾ ਰੋਡ ਵਿਦ ਬੱਲੇ ਬੱਲੇ। ਉਹਨਾਂ ਨੂੰ ਲੱਗਦਾ ਅਸੀਂ ਘਰ 'ਚ ਹੀ ਕਰਦੇ ਹਾਂ। ਆਈ ਗੈਟ ਅਪ ਇਨ ਦਾ ਮੋਰਨਿੰਗ, ਬੱਲੇ ਬੱਲੇ ਮੰਮੀ, ਬੱਲੇ ਬੱਲੇ ਬੇਟਾ। ਆਈ ਹੈਵ ਬਿਨ ਔਫਰਡ ਮੱਕੇ ਕੀ ਰੋਟੀ, ਸਰਸੋਂ ਕਾ ਸਾਗ ਇਨ ਇਟਾਲੀਅਨ ਰੈਸਟੋਰੈਂਟਸ, ਐਂਡ ਦੇ ਬ੍ਰਿੰਗ ਇਟ ਐਜ਼ ਅ ਸਰਪ੍ਰਾਈਜ਼। ਹੈ ਨਹੀਂ ਖਾਣਾ। ਅਤੇ ਜੇ ਮੈਂ ਚੌੜਾ ਹੋ ਜਾਏ, ਯਾਰ ਇਟਾਲੀਅਨ ਰੈਸਟੋਰੈਂਟ ਹੈ, ਤੁਸੀਂ ਰਿਜ਼ੋਰਟੋ ਲੈ ਕੇ ਆਓ, ਉਹ ਰਿਜ਼ੋਰਟੋ 'ਤੇ ਮੱਖਣ ਪਾ ਕੇ ਲਿਆਉਂਦੇ, ਮੱਖਣ ਤੋਂ ਖਾਤੇ ਹੀ ਹੋ ਗਏ। ਐਂਡ ਵਿਮੈਨ, ਵਿਮੈਨ ਇਨ ਦਾ ਹਾਊਸ, ਆਈ ਕੈਨ ਸੀ ਮੈਨੀ ਬਿਊਟੀਫੁਲ ਵਿਮੈਨ ਇਨ ਦਾ ਹਾਊਸ। ਵਿਮੈਨ ਹੈਵ ਮਿਸਯੂਜ਼ਡ ਮੀ ਆਲ ਮਾਈ ਲਾਈਫ। ਨਹੀਂ ਹੋ ਵਾਲਾ ਮਿਸਯੂਜ਼ ਨਹੀਂ, ਮਤਲਬ ਫੋਰ ਐਗਜ਼ਾਮਪਲ, ਮੈਂ ਕਿਸੇ ਵਿਆਹ ਸ਼ਾਦੀ 'ਚ ਗਿਆ, ਮੈਂ ਪਾਰਟੀ 'ਚ ਗਿਆ, ਮੈਂ ਕੋਨੇ 'ਤੇ ਖੜਾ ਹੋ ਕੇ ਆਰਾਮ ਨਾਲ ਟਿੱਕੀ ਛੋਲੇ ਖਾ ਰਿਹਾ, ਠੀਕ ਹੈ। ਅਤੇ ਤਾਂ ਹੀ ਇੱਕ ਆਂਟੀ ਜੀ ਰੋਂਦੇ ਹੋਏ ਗੰਦੇ ਜਿਹੇ ਬੱਚੇ ਨੂੰ ਲੈ ਕੇ ਆਣਗੇ, ਕਹਿੰਗੇ ਭਾਈ ਸਾਹਿਬ ਮਾਨ ਨਹੀਂ ਰਹਾ, ਬੜਾ ਸ਼ੈਤਾਨ ਹੈ, ਜ਼ਰਾ ਡਰਾ ਦਿਓ। ਮੇਰਾ ਦਿਲ ਕਰਦਾ ਮੈਂ ਉਹਨਾਂ ਨੂੰ ਕਹਾਂ ਭੈਣ ਜੀ ਜਿਹੜੀ ਸ਼ੈਤਾਨੀ ਕਰਕੇ ਇਹ ਸ਼ੈਤਾਨ ਪੈਦਾ ਹੋਇਆ, ਜੇ ਉਹ ਸ਼ੈਤਾਨੀ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਕੰਸਲਟ ਕਰ ਲਿੱਤਾ ਹੁੰਦਾ ਤਾਂ ਬੱਚੇ ਨੂੰ ਡਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਸ਼ੈਤਾਨੀਆਂ ਕਰੋ ਤੁਸੀਂ, ਬੱਚੇ ਡਰਾਉਣ ਸਰਦਾਰ।
It is ridiculous, बहुत ज़्यादा. मतलब I'll give you one last joke and then I'll leave. के जिवें तुसी किसी ऐसी सिचुएशन फंस गए, तुसी सरदार हो, तुसी ऐसी सिचुएशन फंस गए, तुसी निकल नहीं सकते. ठीक है, फॉर एग्जाम्पल एक बार मैं लिफ्ट च फंस गया एक बंदे नाल, ते विदिन 5 minutes दैट गाय विल ट्राई टू एस्टैबलिश सम काइंड ऑफ अफिनिटी, जान पहचान कटने की कोशिश करेगा. तो मैं लिफ्ट च फंस गया, मेरे नाल बंदा सीगा, 5 मिनट बाद कहता है मेरा एक दोस्त है वो भी सरदार है. मैं कह बीमारी थोड़े ना कोई यार. फिर 5 मिनट बाद कहता है मेरे अक्सर सारे दोस्त सरदार होते हैं. मैं कहा क्यों, तू अपना इलाज क्यों नहीं कराता. फिर 5 मिनट्स बाद, आप कुलजीत को जानते हो. वो कहना यार मैं क्या, मैं घट्टो घट 50 कुलजीतां नू जानना, ते उन्हां चो अद्धे कुलजीतां ने बाकी कुलजीतां नाल व्याह कीता होया. थैंक यू वेरी मच, यू बीन अ लवली ऑडियंस.